ਮਾਨ ਦਾ ਤਾਂ ਮੈਂ ਬਹੁਤ ਫੈਨ ਹਾਂ ਜੀ, ਅਤੇ ਮੈਨੂੰ ਗਾਣੇ ਬਹੁਤ ਪਸੰਦ ਨੇ, ਅਤੇ ਬੜੇ ਟਾਈਮਾਂ ਤੋਂ ਮੈਂ ਕਦੇ ਗੱਲ ਨਹੀਂ ਕਿਸੇ ਨੇ ਸ਼ੇਅਰ ਕੀਤੀ ਕਿ ਮੈਨੂੰ ਲੱਗਦਾ ਕਿਸੇ ਨੂੰ ਪਤਾ ਨਹੀਂ। ਕਲਾਕਾਰ ਵੀ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਆਪਦੇ ਆਪ ਨੂੰ ਸੰਤੁਸ਼ਟ ਕਰਨਾ ਝੂਠ ਬੋਲ ਕੇ, ਇੱਕ ਹਕੀਕਤ ਜੀਉਂਦੇ ਆ। ਝੂਠ ਵਾਲੇ ਪਤਾ ਕਿਹੜੇ ਆ, ਸਵੇਰੇ ਫੇਸਬੁੱਕ 'ਤੇ ਤਾੜੀ ਮਾਰ ਕੇ ਥੈਂਕ ਯੂ ਐਵਰੀਬਾਡੀ ਤੁਸੀਂ ਇੰਨਾ ਮਾਹੌਲ ਬਖਸ਼ਿਆ। ਉੱਥੇ ਪਹਿਲੀ ਵਾਰੀ ਮਿਲੇ ਸੀ ਅਤੇ ਉਦੋਂ ਮੈਂ ਤਾਂ ਗਾਉਂਦਾ ਨਹੀਂ ਸੀ, ਪਰ ਤਿਆਰੀਆਂ ਬਹੁਤ ਸੀਗੀਆਂ ਵੀ ਹੁਣ ਗਾਉਣਾ ਸ਼ੁਰੂ ਕਰਨਾ, ਗਾਉਣਾ ਸ਼ੁਰੂ ਕਰਨਾ। ਸੋ ਡੈਫੀਨੇਟਲੀ ਉਦੋਂ ਦੇ ਗਾਣੇ ਸੁਣਦੇ ਆ ਅਤੇ ਬਹੁਤ ਫੈਨ ਆ ਮਹਾਰਾਜ। ਦੋਸਤੋ, ਪੰਜਾਬੀ ਇੰਡਸਟਰੀ ਦੇ ਬਹੁਤ ਵੱਡੇ ਕਲਾਕਾਰ ਗਿੱਪੀ ਗਰੇਵਾਲ ਨੇ ਵੀ ਹੁਣ ਠੋਕ ਕੇ ਵੱਡੇ ਗਾਇਕ ਬੱਬੂ ਮਾਨ ਦੀ ਸਪੋਰਟ ਕਰ ਦਿੱਤੀ ਹੈ, ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਪਰ ਇਸ ਤੋਂ ਪਹਿਲਾਂ ਜੇਕਰ ਤੁਹਾਨੂੰ ਵੀ ਬੱਬੂ ਮਾਨ ਅਤੇ ਗਿੱਪੀ ਗਰੇਵਾਲ ਵਧੀਆ ਲੱਗਦੇ ਹਨ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ। ਜੀ ਹਾਂ ਦੋਸਤੋ, ਇੱਕ ਵਾਰ ਫਿਰ ਤੋਂ ਸਿੱਧ ਹੋ ਗਿਆ ਕਿ ਪੰਜਾਬੀ ਇੰਡਸਟਰੀ ਦੇ ਜੇਕਰ ਸਭ ਤੋਂ ਵੱਡੇ ਗਾਇਕ ਹਨ ਤਾਂ ਉਹ ਉਸਤਾਦ ਬੱਬੂ ਮਾਨ ਹੀ ਹਨ। ਇਹ ਗੱਲ ਅਸੀਂ ਨਹੀਂ ਬਲਕਿ ਵੱਡੇ ਕਲਾਕਾਰ ਗਿੱਪੀ ਗਰੇਵਾਲ ਵੱਲੋਂ ਵੀ ਸ਼ਰਿਆਮ ਆਪਣੀ ਇੱਕ ਇੰਟਰਵਿਊ ਵਿੱਚ ਕਹੀ ਗਈ ਅਤੇ ਪੂਰੀ ਸਪੋਰਟ ਵੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਉੱਪਰ ਵੀ ਦੇਖਿਆ ਜਾਂਦਾ ਹੈ ਕਿ ਕੁਝ ਕੁ ਗਾਇਕਾਂ ਦੇ ਫੈਨਸ ਵੱਲੋਂ ਲਗਾਤਾਰ ਕਿਹਾ ਜਾਂਦਾ ਕਿ ਉਹਨਾਂ ਦੇ ਪਸੰਦੀਦਾ ਗਾਇਕ ਹੀ ਅੱਜ ਸਭ ਤੋਂ ਜ਼ਿਆਦਾ ਪਾਪੂਲਰ ਹਨ। ਜਿਵੇਂ ਕਿ ਅਸੀਂ ਇੱਥੇ ਗੱਲ ਕਰੀਏ ਗਾਇਕ ਸਿੱਧੂ ਮੂਸੇਵਾਲੇ ਦੇ ਫੈਨਸ ਬਾਰੇ ਤਾਂ ਉਹਨਾਂ ਦੁਆਰਾ ਕਿਹਾ ਜਾਂਦਾ ਕਿ ਬੱਬੂ ਮਾਨ ਦਾ ਸਮਾਂ ਲੰਘ ਗਿਆ ਅਤੇ ਅੱਜ ਸਮਾਂ ਸਿੱਧੂ ਮੂਸੇਵਾਲੇ ਦਾ ਹੀ ਹੈ। ਪਰ ਇੰਨੇ ਵੱਡੇ ਆਰਟਿਸਟ ਗਿੱਪੀ ਗਰੇਵਾਲ ਦੁਆਰਾ ਬੱਬੂ ਮਾਨ ਬਾਰੇ ਇੰਨੀਆਂ ਗੱਲਾਂ ਕਰਨਾ ਦੁਬਾਰਾ ਸਿੱਧ ਕਰਦਾ ਹੈ ਕਿ ਅੱਜ ਵੀ ਕਿਤੇ ਨਾ ਕਿਤੇ ਇੰਡਸਟਰੀ ਵਿੱਚ ਬੱਬੂ ਮਾਨ ਹੀ ਸਭ ਤੋਂ ਉਸਤਾਦ ਗਾਇਕ ਹਨ। ਇਸ ਵੀਡੀਓ ਵਿੱਚ ਤੁਸੀਂ ਸਾਫ਼ ਤੌਰ 'ਤੇ ਦੇਖ ਸਕਦੇ ਹੋ ਕਿ ਗਿੱਪੀ ਗਰੇਵਾਲ ਨੇ ਉਦਾਹਰਣ ਦਿੰਦੇ ਹੋਏ ਬੱਬੂ ਮਾਨ ਬਾਰੇ ਗੱਲ ਕੀਤੀ ਜੋ ਕਿ ਕਾਫ਼ੀ ਪਸੰਦ ਵੀ ਕੀਤੀ ਜਾ ਰਹੀ ਹੈ। ਬੱਬੂ ਮਾਨ ਦਾ ਤਾਂ ਮੈਂ ਬਹੁਤ ਫੈਨ ਹਾਂ ਜੀ, ਅਤੇ ਮੈਨੂੰ ਗਾਣੇ ਬਹੁਤ ਪਸੰਦ ਨੇ, ਅਤੇ ਬੜੇ ਟਾਈਮਾਂ ਤੋਂ ਮੈਂ ਕਦੇ ਗੱਲ ਨਹੀਂ ਕਿਸੇ ਨੇ ਸ਼ੇਅਰ ਕੀਤੀ ਕਿ ਮੈਨੂੰ ਲੱਗਦਾ ਕਿਸੇ ਨੂੰ ਪਤਾ ਨਹੀਂ। ਮੈਂ ਹੋਟਲ ਮੈਨੇਜਮੈਂਟ ਕਰਦਾ ਹੁੰਦਾ ਸੀ, ਅਤੇ ਬੜੀ ਪੁਰਾਣੀ ਗੱਲ ਹੈ, ਮੇਰਾ 99 ਦੀ ਜਾਂ 2000 ਦੀ ਗੱਲ ਹੋਈ ਹੈ, ਜਦੋਂ ਐਲਬਮ ਆਈ ਸੀ ਨੀਂਦਰਾਂ ਨਹੀਂ ਆਉਂਦੀਆਂ। ਸੋ ਉਹ ਐਲਬਮ ਇੰਨੀ ਹਿੱਟ ਹੋਈ, ਸਾਡੇ ਕਿਤੇ ਪੰਚਕੂਲੇ ਦੇ ਵਿੱਚ ਇੱਕ ਵੱਡਾ ਈਵੈਂਟ ਹੋਇਆ, ਕਿਸੇ ਵੱਡੀ ਮਿਊਜ਼ਿਕ ਕੰਪਨੀ ਨੇ ਉਹ ਈਵੈਂਟ ਕਰਾਇਆ ਸੀ, ਅਤੇ ਅਸੀਂ ਪਹਿਲੀ ਵਾਰੀ ਬਾਈ ਬੱਬੂ ਨੂੰ ਜਾ ਕੇ ਉੱਥੇ ਮਿਲੇ ਸੀਗੇ। ਅਸੀਂ ਭਾਅ ਜੀ ਇੱਦਾਂ ਇੱਦਾਂ ਅਸੀਂ ਬੜੇ ਫੈਨ ਹਾਂ ਜੀ, ਅਤੇ ਬੜੇ ਗਾਣੇ ਸੁਣਦੇ ਹਾਂ ਜੀ, ਅਤੇ ਉਦੋਂ ਐਲਬਮ ਪੂਰੀ ਪੀਕ 'ਤੇ ਸੀ, ਕਈ ਆਰਟਿਸਟਾਂ ਨੇ ਉੱਥੇ ਪਰਫੋਰਮ ਕੀਤਾ ਸੀਗਾ, ਬੜੀਆਂ ਕਾਫੀ ਵੱਡੇ ਵੱਡੇ ਆਰਟਿਸਟ ਉੱਥੇ ਪਹੁੰਚੇ ਸੀਗੇ ਉਸ ਟਾਈਮ ਦੇ ਵਿੱਚ, ਅਤੇ ਉੱਥੇ ਪਹਿਲੀ ਵਾਰੀ ਮਿਲੇ ਸੀ, ਅਤੇ ਉਦੋਂ ਮੈਂ ਤਾਂ ਗਾਉਂਦਾ ਨਹੀਂ ਸੀ, ਪਰ ਤਿਆਰੀਆਂ ਬਹੁਤ ਸੀਗੀਆਂ ਵੀ ਹੁਣ ਗਾਉਣਾ ਸ਼ੁਰੂ ਕਰਨਾ, ਗਾਉਣਾ ਸ਼ੁਰੂ ਕਰਨਾ। ਸੋ ਡੈਫੀਨੇਟਲੀ ਜੀ ਉਦੋਂ ਦੇ ਗਾਣੇ ਸੁਣਦੇ ਆ ਅਤੇ ਬਹੁਤ ਫੈਨ ਹਾਂ ਮਹਾਰਾਜ। ਜੀ ਹਾਂ ਦੋਸਤੋ, ਗਿੱਪੀ ਗਰੇਵਾਲ ਇੱਥੇ ਉਸ ਸਮੇਂ ਦੀ ਗੱਲ ਕਰ ਰਹੇ ਹਨ ਜਦੋਂ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਹੇ ਸਨ ਅਤੇ ਬਤੌਰ ਹੋਟਲ ਇੰਪਲੋਈ ਕੰਮ ਕਰਦੇ ਸਨ, ਅਤੇ ਉਸੇ ਹੋਟਲ ਦੇ ਵਿੱਚ ਬੱਬੂ ਮਾਨ ਸਮੇਤ ਕਈ ਕਲਾਕਾਰਾਂ ਦੇ ਸ਼ੋਅਜ਼ ਕਰਵਾਏ ਗਏ ਸਨ, ਅਤੇ ਉਸੇ ਜਗ੍ਹਾ ਹੀ ਗਿੱਪੀ ਗਰੇਵਾਲ ਦਾ ਬੱਬੂ ਮਾਨ ਨੂੰ ਮਿਲਣ ਦਾ ਮੌਕਾ ਮਿਲਿਆ। ਗਿੱਪੀ ਗਰੇਵਾਲ ਨੇ ਦੱਸਿਆ ਕਿ ਉਹ ਕਿਵੇਂ ਬੱਬੂ ਮਾਨ ਦੇ ਟੇਬਲ ਉੱਪਰ ਗਏ ਅਤੇ ਜਾ ਕੇ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਦੇ ਬਹੁਤ ਵੱਡੇ ਫੈਨ ਹਨ ਅਤੇ ਹਰ ਇੱਕ ਗਾਣਾ ਸੁਣਦੇ ਹਨ, ਅਤੇ ਜਵਾਬ ਵਿੱਚ ਬੱਬੂ ਮਾਨ ਨੂੰ ਜਦੋਂ ਪਤਾ ਲੱਗਿਆ ਕਿ ਗਿੱਪੀ ਵੀ ਗਾਉਣ ਦੀ ਤਿਆਰੀ ਕਰ ਰਹੇ ਹਨ ਤਾਂ ਉਹਨਾਂ ਨੇ ਗਿੱਪੀ ਨੂੰ ਪੂਰੀ ਤਰ੍ਹਾਂ ਹੱਲਾਸ਼ੇਰੀ ਦਿੱਤੀ ਅਤੇ ਮਿਹਨਤ ਕਰਨ ਲਈ ਵੀ ਕਿਹਾ। ਗਿੱਪੀ ਗਰੇਵਾਲ ਦੀ ਗੱਲ ਤੋਂ ਸਾਫ਼ ਦਿਖਾਈ ਦਿੰਦਾ ਹੈ ਕਿ ਬੱਬੂ ਮਾਨ ਨੇ ਪਿਛਲੇ 2 ਦਹਾਕਿਆਂ ਦੌਰਾਨ ਇੰਡਸਟਰੀ ਵਿੱਚ ਮਿਹਨਤ ਨਾਲ ਜੋ ਨਾਮ ਕਮਾਇਆ ਹੈ ਉਸੇ ਕਰਕੇ ਉਹਨਾਂ ਦਾ ਅੱਜ ਇੰਨਾ ਵੱਡਾ ਰੁਤਬਾ ਦੇਖਣ ਨੂੰ ਵੀ ਮਿਲਦਾ ਹੈ। ਦੋਸਤੋ, ਤੁਹਾਨੂੰ ਕੀ ਲੱਗਦਾ ਕਿ ਗਿੱਪੀ ਗਰੇਵਾਲ ਨੇ ਜੋ ਵੀ ਗੱਲਾਂ ਬੱਬੂ ਮਾਨ ਬਾਰੇ ਕਹੀਆਂ ਉਹ ਬਿਲਕੁਲ ਸਹੀ ਹਨ? ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੱਸਣਾ। ਧੰਨਵਾਦ, ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ।